दोस्तों की हाल चाल ने जनाब तुम देखते पे हो टेस्ट एंड ब्लॉग चैनल। मैं थोड़ा मेजबान परवेज अहमद जोईया। जिमें जनाब तुम्हें पता है कि मैं हर रोज़ कोशिश करना थोड़े वास्ते नवी तो नवी वीडियो लैके आवा। क्या दो गाय की वीडियो लैके आया मेरा कैमरामैन साहब करा दें तुम तसली। बाकी जो हिसाब किताब है सारी गल मालिक को पूछा। तुम कैमरामैन साहब गांव खाओ एक नंबर गांव खाओ जी। तुम सारी गल मालिक को पूछा भी किनवा सुहास हुई है मगर इन की है किन्ना दुध करती पी। सारी गल मालिक को पूछा तुम सवार के तसली कराओ जी। तो किसी पासों का शक ना रह जाए। सवार के दागा पिछा सवार के बहाओ जी। सवार के भाई ने तसली करा दिया। बड़ा उची बोली आवाज थोड़ा घट आ रही है। माशाल्लाह थन पूरी पावर दा खड़ा है। ठीक है जी। बरीक गां हैगी दुध दे बनाली जी जी। अच्छा हुण इहदा भाई प्यार ते मुहब्बत दा मुल करना है तुसीं। ਇਹਦਾ ਭਾਈ ਆਪਾਂ ਮੰਗਣ ਜੋ ਮਰਜ਼ੀ ਮੰਗ ਲਈਏ। ਹਾਂਜੀ ਉਵੇਂ ਕੋ ਆਪਾਂ ਦੇ ਜਾਣਾ। ਹਾਂਜੀ ਮਾਲ ਦਾ ਮੁੱਲ ਹੀ ਆਪਾਂ ਮੰਗਣਾ ਹੈ। ਠੀਕ ਹੈ 1.5 ਲੱਖ। ਅੱਛਾ ਜੀ 1,50,000 ਰੁਪਇਆ ਜੀ। ਤੂੰ ਥੋੜਾ ਬਹੁਤਾ ਪਿਆਰ ਮੁਹੱਬਤ ਕਰੋਗੇ ਜੀ ਭਾਈ ਜਾਨ? ਐਵੇਂ ਬਸ ਨਾ ਕੋਈ ਚੋਖਾ ਜੋੜ ਕੀਤਾ ਤਾਂ ਐਵੇਂ ਕੋਈ 2-3 ਹਜ਼ਾਰ ਦਾ ਪਿਆਰ ਕਰ ਸਕਣੇ ਵੱਧ ਕੋਈ ਨਹੀਂ ਆਪਣਾ। ਠੀਕ ਹੋ ਗਿਆ ਜੀ। ਹਾਂਜੀ ਅੱਛਾ ਜੀ ਮਾਲਕ ਦਾ ਕਹਿਣਾ ਹੈ ਜੀ ਦੂਸਰਾ ਸਵਾ ਸੋਈ ਗਾਂ ਤੇ 5 ਦਿਨ ਹੋ ਗਏ ਗਾਂ ਸੋਈ ਨੂੰ ਦੁੱਧ ਦੱਸਦੇ ਪੈਣੇ 12 ਲੀਟਰ ਬੱਚਨ ਛੱਡ ਕੇ ਤੇ ਮੁੱਲ ਕਰਦੇ ਪੈਣੇ 1,50,000 ਰੁਪਇਆ ਵੀ 2-4 ਹਜ਼ਾਰ ਰੁਪਈਏ ਦਾ ਕਹਿੰਦੇ ਨੇ ਪਿਆਰ ਮੁਹੱਬਤ ਹੋਵੇਗਾ ਜ਼ਿਆਦਾ ਨਹੀਂ ਹੋਣਾ। ਕੈਮਰਾਮੈਨ ਸਾਹਿਬ ਹੁਣ ਤੁਸੀਂ ਦੂਸਰੀ ਗਾਂ ਤਸੱਲੀ ਕਰਾਓ। ਆਹ ਬੱਚਾ ਵੀ ਵਿਖਾ ਲਿਆ ਜੀ ਅਤੇ ਹੁਣ ਦੂਸਰੀ ਗਾਂ ਵਿਖਾਓ। ਉਹਦੀ ਵੀ ਸਾਰੀ ਡਿਟੇਲ ਤੁਹਾਨੂੰ ਮਾਲਕ ਕੋਲ ਲੈ ਦਿੰਦੇ ਹਾਂ ਜੀ। ਕਿਨਵਾ ਉਹ ਸੁਆ ਸੋਈਏ ਜਾਂ ਮਗਰ ਉਹਦੇ ਕੀ ਹੈ ਜਾਂ ਕੀ ਨਹੀਂ ਸਾਰੀ ਗੱਲ ਮਾਲਕ ਕੋਲ ਉਹਦੀ ਵੀ ਪੁੱਛਾਂਗੇ। ਤੁਸੀਂ ਕੈਮਰਾਮੈਨ ਸਾਹਿਬ ਸਵਾਰ ਕੇ ਦੀ ਤਸੱਲੀ ਕਰਾਓ ਕੋਈ ਕਿਸੇ ਪਾਸੋਂ ਦਾ ਸ਼ੱਕ ਨਾ ਰਹਿ ਜਾਵੇ। ਸਵਾਰ ਦੇਣਾ ਐਨ ਭਾਈ ਥੋੜ੍ਹਾ ਛੱਡ ਦੇ ਐਂ ਵਿਖਾਵਿਆ ਜੀ। ਕੋਈ ਉਹਦੇ ਪੈਰ 'ਚ ਕੰਡਾ ਛੰਡਾ ਹੋਵੇਗਾ ਨਜ਼ਰ ਆ ਜਾ ਸੀ ਤੁਰਦੀ ਫਿਰਦੀ ਨਾਲੇ ਨਾ ਚੀਜ਼ ਨਜ਼ਰ ਆ ਜਾਂਦੀ ਹੈ। ਉਹ ਸਾਡਾ ਵਿਰਾਹ ਇਹ ਨਾ ਕਵੇ ਵੀ ਇਹ ਤਾਂ ਮੀਆਂ ਪੈਰ ਤੋਂ ਲੰਘਾਉਂਦੀ ਸੀ ਜਾਂ ਆਈ ਸੀ। ਸਾਰੀ ਗੱਲ ਮਾਲਕ ਨਾਲ ਕਰਾਂਗੇ। ਸਵਾਰ ਕੇ ਉਹਨੇ ਟੁਰਦੀ ਨੂੰ ਵਿਗਾਮ ਕੈਮਰਾਮੈਨ ਸਾਹਿਬ ਵਿਖਾਓ। ਬਸ ਲਾਇਓ ਬਾਈ ਜੀ ਇਹਨੂੰ ਲਾਇਓ। ਸਾਰੀ ਡਿਟੇਲ ਤੁਹਾਨੂੰ ਇਸ ਗਾਂ ਦੀ ਮਾਲਕ ਕੋਲ ਲੈ ਦੇਵਾਂਗੇ ਜੇ ਕੇਸ ਕਰਾਸ ਹੈ ਕੇਸ 'ਚ ਨਹੀਂ। ਸਾਰੀ ਗੱਲ ਮਾਲਕ ਕੋਲ ਪੁੱਛਦੇ ਹਾਂ ਜੀ। ਅੱਛਾ ਬਾਈ ਜੀ ਨੇੜੇ ਹੋਇਆ ਥੋੜ੍ਹਾ ਜਿਹਾ ਜੀ ਬਾਈ ਜੀ। ਕੈਮਰੇ ਤੁਹਾਡੇ ਦੂਸਰੇ ਨੰਬਰ ਵਾਲੀ ਗਾਂ ਵਿਖਾਈ ਜਾਂਦਾ ਹੈ ਜੀ ਭਾਈ ਜੀ। ਇਹ ਤੁਸੀਂ ਦੱਸਣਾ ਵੀ ਕਿਨਵਾ ਸੁਆਸ ਹੋਈ ਹੈ ਜੀ? ਇਹ ਦੂਸਰਾ ਹੈ ਜੀ। ਇਹ ਵੀ ਦੂਸਰਾ ਸੁਆਸ ਹੋਈ ਹੈ ਜੀ? ਹਾਂਜੀ। ਮਗਰ ਇਹਦੇ ਕੀ ਹੈ ਜੀ? ਇਹਦਾ ਜੀ ਬੱਚਾ ਮਰ ਗਿਆ ਸੀ ਮੇਰੇ ਕੋਲ। ਅੱਛਾ ਬੱਚਾ ਦਾ ਮਰ ਗਿਆ ਜੀ? ਹਾਂਜੀ। ਮੂੰਹ 'ਚ ਗਾਂ ਛਿੱਗੀ ਹੈ ਜੀ। ਮੂੰਹ 'ਚ ਛਿੱਗੀ ਹੈ? ਮੂੰਹ 'ਚ ਗਾਂ ਛਿੱਗੀ ਹੈ ਜੀ, ਦੂਜਾ ਪੇਟ ਹੈ। ਠੀਕ ਹੈ। ਦੂਸਰਾ ਸੁਆਸ ਹੋਈ ਹੈ ਤੇ ਮੂੰਹ 'ਚ ਹੈ ਛਿੱਗੀ? ਛਿੱਗੀ ਹੈ। ਤੇ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ? ਇਹਨੂੰ ਬਾਈ ਝੂਠ ਨਹੀਂ ਮਾਰਨਾ। ਹਾਂਜੀ। ਕਿਉਂ ਅੱਲਾ ਦੇ ਪੇਸ਼ ਵੀ ਹੋਣਾ ਕਿ? ਹਾਂ। ਇਹ ਜੀ ਸੂਈ ਨੂੰ ਗਾਂ ਹੋ ਗਏ ਨੇ 1 ਮਹੀਨਾ ਤੇ 5 ਦਿਨ। 1 ਮਹੀਨਾ ਤੇ 5 ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਬੱਚਾ ਦਾ ਮਾਰ ਗਿਆ ਜੀ। ਬਾਕੀ ਬਾਈ ਪ੍ਰਵੇਸ਼ ਪਤਾ ਕੀ ਗੱਲ ਹੈ ਜੀ, ਗਾਂ ਜਿੱਥੇ ਵੀ ਜਾਵੇ ਕੋਈ ਫਲਟ ਆ ਜਾਵੇ ਉਸ ਗਾਂ ਦੇ ਆਪਾਂ ਜ਼ਿੰਮੇਵਾਰ ਹੈਗੇ। ਠੀਕ ਹੋ ਗਿਆ। ਬਲਕਿ ਦੋਵੇਂ ਗਾਵਾਂ ਦੇ ਜ਼ਿੰਮੇਵਾਰ ਨੇ। ਠੀਕ ਹੈ। ਕੋਈ ਉਸ ਪਹਿਲੇ ਨੰਬਰ ਵਾਲੀ ਗਾਂ ਦਾ ਕੋ ਛੱਟਾ ਫੁਆਰਾ? ਪਹਿਲੇ ਨੰਬਰ ਵਾਲੀ ਗਾਂ ਦਾ ਛੱਟਾ ਹੋਵੇ ਫੁਆਰਾ ਹੋਵੇ ਦੁੱਧ 12 ਗੱਡੀਆਂ ਨਾ ਕਰੇ ਆਪਾਂ ਜ਼ੁਰਮਵਾਰ ਹੈ। ਠੀਕ ਹੈ ਜੀ। ਇਹਦੇ ਵੀ ਜ਼ੁਰਮਵਾਰ ਹੈ ਬਾਈ ਜੀ, ਅਗਰ ਗਾਂ ਡੰਗਾ ਨਹੀਂ ਪਾਉਣਾ। ਅੱਛਾ। ਬਾੜਾ ਨਹੀਂ ਪਾਉਣਾ। ਅੱਛਾ। ਗਾਂ ਨੂੰ ਟੀਕਾ ਨਹੀਂ ਲਾਉਣਾ। ਠੀਕ ਹੈ। ਜਿਵੇਂ ਗਾਂ ਖਲੀਏ ਬਸ ਇਹ ਐਸ ਕਿ ਤੁਸੀਂ ਦੋ ਹੱਥ ਮਾਰੋਗੇ ਤੇ ਗਾਂ ਪਸ ਪੈਂਦੀ ਤੇ ਗਾਂ ਨੂੰ ਬੈਦਰ ਮਾਰਨਾ ਚੋਲੋ। ਠੀਕ ਹੋ ਗਿਆ। ਠੀਕ ਹੈ ਠੀਕ ਹੈ। ਉਹਨਾਂ ਨੇ ਤੇ ਪਿਆਰ ਮੁਹੱਬਤ ਵਾਲਿਆਂ ਦਾ ਵੀ ਮੋਲ ਆਸਟ੍ਰੇਲੀਆ 'ਚ ਫਰੀਜ਼ਰ ਦਾ ਕ੍ਰਾਸ ਲੈ ਗਈ ਨੇ। ਆਸਟ੍ਰੇਲੀਆ ਦੇ ਫਰੀਜ਼ਰ 'ਚ ਦਾ ਕ੍ਰਾਸ ਹੈਗਾ ਨੇ। ਠੀਕ ਹੈ। ਤੁਹਾਨੂੰ ਇਹਨਾਂ ਦਾ ਬਾਈ ਜੀ ਪਿਆਰ ਮੁਹੱਬਤ ਵਾਲਾ ਮੁੱਲ ਕਰੋ। ਇਹਦਾ ਬਾਈ ਆਪਾਂ ਗਾਂ ਦਾ ਰੁਪਈਆ ਲਵਾਂਗੇ 1,35,000। 1,35,000 ਰੁਪਈਆ? 35,000 ਗਾਂ ਦੁੱਧ ਕਰਦੀ। ਥੋੜਾ ਬਹੁਤਾ ਪਿਆਰ ਮੁਹੱਬਤ ਕਰੋ। ਗਾਂ ਆਪਣੀ ਦੁੱਧ ਕਰਦੀ ਏ
दस लीटर भी दो टाइम टाइम पट्ठा होता दुद्ध दस लीटर दुद्ध कर दी गां दो टाइम मिलती पई है ठीक है कोई टीका बाड़ा नहीं कोई शह नहीं दिल करे तो डंगा पा लो दिल करे तो डंगा भी ना पाओ कोई टीका नहीं कोई बाड़ा नहीं गांव शरिया रोड उत्ते बंद चो सकते ठीक है। अच्छा जी मालिक का कहना है जनाब मेरी गां सूई हो गया एक महीना तो पाँच दिन तो बच्चा इंता मर गया है तो उन्होंने कहना जी दुद्ध करती पई है दस लीटर तो मुल इंता करते पैन एक लख तो पैंती हज़ार रुपया वहाँ दिन ना टीका ना कोई भाड़ा ना कोई चीज़ ऐसी ना कोई जूड़ पावना है बस ना पानी का छट्टा मार के थले बह जाना है तो जनाब मेरी एक टाइम का दुद्ध पाँच लीटर है दो टाइम का दस लीटर है तो एक लख पैंती हज़ार रुपया है इन भी प्यार मुहब्बत है तो नंबर जनाब मेरी हूँ साढ़ा 0312-1648 ये साढ़े वट्सअप टीमों का नंबर होंगे जी इस नंबर तुम करनी कॉल ये गां रोकांगे जनाब तो मिलांगे जनाब एक अगली नवी वीडियो नाल अल्लाह निगेबान पाकिस्तान जिंदाबाद।